ਤੁਹਾਡੀਆਂ ਰਿਪੋਰਟਾਂ ਦੇਖ ਕੇ ਲੱਗਦਾ ਅਜੇ 1% ਚਾਂਸਸ ਹੈਗੇ ਬੱਚਾ ਹੋਣ ਦੇ। ਡਾਕਟਰ ਸਾਹਿਬ 6 ਸਾਲ ਹੋ ਗਏ ਤੁਹਾਨੂੰ ਆਈ ਕਹਿੰਦਿਆਂ ਨੂੰ, ਮਾੜਾ ਮੋਟਾ ਕੋਈ ਪਰਸੈਂਟਿਵ ਤੋਂ ਥੱਲੇ ਕਰਕੇ ਵੇਖ ਲਓ, ਡੇਢ ਕਰ ਲਓ ਇਹਨੂੰ, ਫਿਕਰ ਨਾ ਕਰ, ਕੁਝ ਨਹੀਂ ਹੁੰਦਾ। ਆਹੀ ਤਾਂ ਫਿਕਰ ਹੈ ਕਿ ਕੁਝ ਨਹੀਂ ਹੁੰਦਾ। ਗੱਲ ਮੰਨ ਲੈ ਮੇਰੀ ਚੰਨ ਮੱਖਣਾ, ਤੂੰ ਸਿਰ ਤੇ ਸੇਰੇ, ਤੁਸੀਂ ਮੇਰੀ ਛੋਟੀ ਭੈਣ ਕਿੰਨਾ ਨਾਲ ਦੂਜਾ ਵਿਆਹ ਕਰਾ ਲਓ, ਜੇ ਆਪਣੀ ਲਿਆਵਾਂਗੇ ਘੱਟੋ ਘੱਟ ਮੈਨੂੰ ਮਾਰ ਕੇ ਛਾਵੇਂ ਤਾਂ ਸਿੱਟੂਗੀ। ਮੈਂ ਉਹਨੂੰ ਕਦੇ ਉਹਨਾਂ ਦੇ ਨਾਲ ਵੇਖਿਆ ਹੀ ਨਹੀਂਗਾ। ਕੋਈ ਗੱਲ ਨਹੀਂ, ਹੁਣ ਦੇਖ ਲਓ, ਹੁਣ ਦੇਖ ਲਓ ਦੂਜੀ ਨਜ਼ਰ ਨਾਲ। ਬੇਬੇ ਵੀ ਮੰਨ ਗਈ ਆ, ਤੂੰ ਕਿਉਂ ਨਾ ਮੰਨੇ ਸਲਾਹ ਜੀ, ਜਦ ਮੈਂ ਹਾਰਾ ਜੀ ਵੇ। ਕੱਲ ਪ੍ਰਾਹੁਣਾ ਕੁੱਟਿਆ ਗਿਆ ਪਿੰਡ ਦਾ। ਕੀ ਕਰਦਾ ਇਹ? ਆਸ਼ ਕੀ ਕਰਦਾ ਸੀ? ਮੇਰੀ ਸਾਲੀ ਆ। ਉਹ ਵੀ ਸਾਲੀ ਪਿੱਛੇ ਹੀ ਸੀ। ਇਹਦੇ ਸਹੁਰੇ ਤੇਰੇ ਜੀਜੇ ਦਾ ਦੂਜਾ ਵਿਆਹ ਕਰਨ ਨੂੰ ਫਿਰਦੇ ਨੇ। ਤੂੰ ਤੇ ਤੇਰਾ ਜੀਜਾ ਮੈਨੂੰ ਹੱਸਦੇ ਖੇਡਦੇ ਬਾਹਲੇ ਹੀ ਸੋਹਣੇ ਲੱਗਦੇ। ਤੇਰਾ ਇੰਨਾ ਵਿਆਹ ਕਰਦੀ ਹੈ ਤੇਰੇ ਜੀਜੇ ਨਾਲ? ਮੈਨੂੰ ਨਾ ਉਪਰ ਉਪਰ ਜਿਹਾ ਲੱਗ ਰਿਹਾ ਸੀ, ਮੈਨੂੰ ਆਦਤ ਨਹੀਂ ਇਕੱਲੇ ਸੌਣ ਦੀ, ਮੈਂ ਅੱਜ ਦੀ ਰਾਤ ਇੱਥੇ ਪੈ ਜਾ। ਪੁੱਤ ਮੈਨੂੰ ਤਾਂ ਫਿਕਰ ਹੋ ਗਿਆ, ਤੜਕੇ ਦੀ ਭਾਲਦੀ ਫਿਰਦੀ ਆ, ਵੱਡੀ ਨਹੀਂ ਦਿੰਦੀ। ਆਹ ਸੁੱਤੀ ਪਈ ਤੇ ਛੋਟੀ ਵੇ? ਆਹ ਸੁੱਤੀ ਪਈ। ਸ਼ਰਮ ਕਰੋ, ਜਗਜੀਤ ਵਧੀਆ ਵਧੀਆ ਪੜ੍ਹਾ ਲਿਖਾ ਕੇ ਬਾਹਰ ਭੇਜਾਂਗੇ। ਨੀ ਤੇਰਾ ਤੇ ਨਾ ਮਲ ਰਿਹਾ ਤੇ ਨਾ ਨਿਰਮਲ। ਹੁਣ ਜਨਾਨੀ ਨੂੰ ਵੀ ਦੱਸਣਾ ਪਾਓ ਵੀ ਕੀ ਕਰਨਾ। ਕੱਲੀ ਕੱਲੀ ਨੂੰ ਮਨਾਉਂਦਾ ਫਿਰਦਾ ਪਿੱਛੇ ਪਿੱਛੇ, ਐ ਨੀ ਤੀਵੀਆਂ ਮੰਨਦੀਆਂ ਹੁੰਦੀਆਂ। ਅਸੀਂ ਤਾਂ ਚੱਕ ਨੂੰ ਰੱਖਦੇ ਆ, ਉਹ ਤੇਰੇ ਤਾਂ 2 ਹੈ, ਖਿੱਚ ਕੇ ਰੱਖ। ਤੁਸੀਂ ਥੱਕਦੇ ਨੀ ਲਾ ਲੜਕੇ? ਮਾੜਾ ਮੋਟਾ ਕੋਈ ਰੋਟੀ ਪਾਣੀ ਪੁੱਛ ਲੋ। ਦੱਸੋ ਦੱਸੋ ਸਰਦਾਰ ਜੀ ਕੀ ਖਾਓਗੇ? ਭੁਰਜੀ ਪੁੱਤ ਮੈਂ ਹੁਣੇ ਬਣਾ ਕੇ ਲਿਆਈ। ਲੈ ਪੁਰਜੀ ਕਿਹੜੀ ਖਾਣ ਵਾਲੀ ਚੀਜ਼ ਹੈ? ਮੈਂ ਬਣਾਉਣੀ ਆ ਪਰਵੇ ਕਰੇਲੇ। ਪਰਵੇ ਕਰੇਲੇ? ਬੈਂਗਣ, ਬੈਂਗਣ ਬਣਾ ਕੇ ਖਵਾਉਣੀ ਤੁਹਾਨੂੰ ਸਰਦਾਰ ਜੀ? ਆਲੂ ਮਟਰ, ਆਲੂ ਮਟਰ ਬਣਾਓ। ਉਹ ਬੜੇ ਭੇੜੇ ਬਣਾਉਂਦੀ, ਮੈਂ ਤੁਹਾਨੂੰ ਖੁੰਬਾ ਖਵਾਉਣੀ ਆ। ਕੁੱਕਰ, ਕੁੱਕਰ ਵਧਾ ਵੇ। ਬੱਕਰਾ ਸਰਦਾਰ ਜੀ, ਬੱਕਰਾ। ਮੱਸੀ, ਮੱਸੀ, ਹੋ ਹੋ ਮੱਸੀ, ਤੇ ਟੀਰੀ ਸਰਦਾਰ ਜੀ। ਓਏ ਤਿੱਤਰ ਹੁੰਦਾ ਤਿੱਤਰ,